ਲਓ ਜੀ ਹੁਣ ਪੇਸ਼ ਹੈ ਇੱਕ ਦਰਦਨਾਕ ਕਹਾਣੀ ਪਰ ਹੁਸ਼ਿਆਰੀ ਅਤੇ ਹੋਸ਼ਮੰਦੀ ਦੀ। ਕਹਾਣੀ ਦਾ ਲਿਖਣ ਵਾਲੇ ਨੇ ਲਾਰਸਨ, ਕਹਾਣੀ ਦਾ ਨਾਂ ਹੈ ਚਰਵਾਹੇ ਦੀ ਪਤਨੀ ਅਤੇ ਤਰਜਮਾ ਬਲਵੰਤ ਸਿੰਘ ਅੰਸੂ ਨੇ ਕੀਤਾ ਹੈ। ਪਤੀ ਨਹੀਂ ਸੀ ਚਰਵਾਹਾ ਜਦ ਹੋਇਆ ਸੀ ਵਿਆਹ ਉਹਨਾਂ ਦਾ, ਜ਼ਮੀਨ ਸੀ ਅਧਿਕਾਰ ਵਿੱਚ ਪਸ਼ੂ ਸਨ ਆਪਣੇ, ਪਰ ਕਾਲ ਪਿਆ ਇੱਕ ਵਾਰ ਨਾ ਕਿ ਮਰ ਗਏ ਬਹੁਤ ਸਾਰੇ, ਕੁਝ ਆਪੂ ਮਰਨੇ ਪਏ, ਹੁਣ ਤਾਂ ਰਹਿ ਗਏ ਸੀ ਦੋ ਚਾਰ। ਤਦ ਤੋਂ ਹਿੱਕਣ ਲੱਗ ਪਿਆ ਹਿਜੜ ਪਸ਼ੂ ਦੂਜਿਆਂ ਦੇ, ਬਾਹਰ ਜਾਣਾ ਪੈਂਦਾ ਕਈ ਕਈ ਮਹੀਨੇ, ਹੁਣ ਤਾਂ ਪਤਨੀ ਹੋ ਚੁੱਕੀ ਸੀ ਆਦੀ ਇਕੱਲਿਆਂ ਰਹਿਣ ਦੀ। ਬੱਚੇ ਸੀ ਛੋਟੇ ਹਾਲਾਂ ਦੋ ਮੁੰਡੇ ਦੋ ਕੁੜੀਆਂ, 6 ਮਹੀਨੇ ਲੰਘ ਗਏ ਸੀ ਪਤੇ ਨੂੰ ਬਾਹਰ ਗਿਆ ਹੋਇਆ। ਬੱਚੇ ਚੀਕੇ ਸੱਪ ਹੈ ਥੱਲੇ ਲੱਕੜੀਆਂ ਦੇ, ਹਿਲਾਇਆ ਤਾਂ ਵੜ ਗਿਆ ਮਕਾਨ ਥੱਲੇ ਤਖਤਿਆਂ ਦੇ ਵਿੱਚੋਂ ਦੀ ਸਰਕ ਕੇ। ਡੁੱਬ ਚੁੱਕਾ ਸੀ ਸੂਰਜ ਕਦੋਂ ਦਾ, ਤੂਫਾਨ ਸੀ ਬਸ ਆਉਣ ਵਾਲਾ। ਸ਼ੁਕਰ ਰਸੋਈ ਸੀ, ਰਸੋਈ ਘਰ ਸੀ ਬਹੁਤ ਵੱਡਾ, ਸਾਰੇ ਮਕਾਨ ਦੇ ਬਰਾਬਰ ਕੱਲਾ ਪਿਆ ਸੀ ਇੱਕ ਮੇਜ਼ ਵੱਡਾ ਸਾਰਾ। ਸਾਰੇ ਬੱਚੇ ਸਵਾ ਦਿੱਤੇ ਉਸ ਉੱਤੇ, ਕੁਰਸੀ ਡਾਹ ਕੇ ਬਹਿ ਗਈ ਆਪ ਨੇੜੇ ਇੱਕ ਪਤ੍ਰਿਕਾ ਪੜ੍ਹਨ ਲਈ ਟੋਕਰੀ ਸਿਲਾਈ ਦੀ, ਦੋਵੇਂ ਕੰਮ ਨਾਲ ਨਾਲ ਕਰੀ ਜਾਂਦੀ। ਡੰਡਾ ਸੀ ਕੋਲ ਰੱਖਿਆ, ਕੁੱਤਾ ਸੀ ਨਾਲ ਬੈਠਾ, ਮਾਰ ਲੈਂਦੀ ਸੀ ਝਾਤੀ ਦਰਾਣਾ ਵਿੱਚ ਕਦੀ ਕਦੀ। ਕਾਇਰ ਤਾਂ ਬਿਲਕੁਲ ਨਹੀਂ ਸੀ, ਜ਼ਰੂਰੀ ਸੀ ਪਰ ਸਾਵਧਾਨੀ, ਸੱਪ ਦੇ ਦੱਸਣ ਨਾਲ ਭਣੇਵਾਂ ਜੋ ਮਰ ਗਿਆ ਸੀ। ਇਸ ਉਜਾੜ ਵਿੱਚ ਖਬਰੇ ਪਈ ਸੀ ਕਦੋਂ ਤੋਂ, ਵੀ ਕੋਥੇ ਸੀ ਨੇੜਲੀ ਵਸੋਂ। ਝਾੜੀਆਂ ਸਨ, ਬੋਹਣੇ ਰੁੱਖ ਸਨ, ਕਿਤੇ ਜ ਨਹੀਂ ਸੀ, ਅਤੇ ਦੋ ਬੱਚਿਆਂ ਦੇ ਜਨਮ 'ਤੇ ਪਤੀ ਵੀ ਕੋਲ ਨਹੀਂ ਸੀ, ਕੋਲ ਨਹੀਂ ਸੀ। ਇੱਕ ਵਾਰ ਦਾਈ ਵੀ ਮਰ ਵੀ ਚੁੱਕਾ ਸੀ, ਇੱਕ ਬੱਚਾ ਮਰੇ ਨੂੰ ਚੁੱਕੀ ਲੈ ਗਈ ਸੀ 20 ਮੀਲ ਕੱਲਿਆਂ। 2 ਵੱਜ ਗਏ ਕੁਰਸੀ 'ਤੇ ਬੈਠਿਆਂ, ਅਤੇ ਹੋ ਚੁੱਕੀ ਸੀ ਖੂਬ ਵਰਖਾ। ਆਇਆ ਖਿਆਲ ਕਿ ਉੱਗੇਗੀ ਲੰਬੀ ਕਾ, ਯਾਦ ਆਈ ਉਸਨੂੰ ਇੱਕ ਘਟਨਾ, ਲੰਬੀ ਸੁੱਕੀ ਕਾ 'ਚ ਲੱਗ ਗਈ ਸੀ ਅੱਗ, ਲੂ ਗਈ ਅਤੇ ਹੋ ਗਈ ਕਾਲੀ ਅੱਗ ਬੁਝਾਉਂਦਿਆਂ। ਪਹਿਚਾਣ ਨਾ ਸਕੇ ਬੱਚੇ ਪਰਾਂ ਨੂੰ ਨੱਠੇ, ਅਤੇ ਕੁੱਤੇ ਨੇ ਤਾਂ ਕਰ ਦਿੱਤਾ ਸੀ ਹਮਲਾ। ਹੋਰ ਵੀ ਸੀ ਬਹੁਤ ਕੁਝ ਹੋਇਆ, ਮੂਸਲਾ ਤਾਰਮੀ ਵਿੱਚ ਖਲੋਤਿਆਂ ਕੀਤਾ ਸੀ ਯਤਨ ਉਸ ਪੁੱਲ ਨੂੰ ਬਚਾਉਣ ਦਾ, ਉਸ ਦੇ ਪਤੀ ਨੇ ਬਣਾਇਆ ਸੀ ਜਿਹੜਾ 2 ਸਾਲਾਂ ਵਿੱਚ ਬੜੀ ਕਾਲ ਕਰਕੇ, ਪਰ ਹੋਈ ਨਾ ਸਫਲ। ਰੋ ਪਈ ਇਹ ਸੋਚ ਕੇ, ਹੋਈ ਸੀ ਉਸ ਵਾਰ ਵੀ ਜਦ ਰੋਈ ਸੀ ਉਸ ਵਾਰ ਵੀ ਜਦ ਨਾ ਬਚਾ ਸਕੀ ਸੀ ਨਮੂਨੀਆਂ ਤੋਂ ਆਪਣੀਆਂ ਪਿਆਰੀਆਂ 2 ਗਊਆਂ। ਯਾਦ ਆਇਆ ਉਹ ਪਾਗਲ ਬੋਲਦ ਵੀ, ਸਾਰਾ ਦਿਨ ਜਿਸਨੇ ਘੇਰ ਰੱਖਿਆ ਸੀ ਮਕਾਨ ਨੂੰ, ਅਖੀਰ ਪੁਰਾਣੀ ਬੰਦੂਕ ਨਾਲ ਮਾਰ ਸੁੱਟਿਆ ਸੀ ਉਸਨੂੰ, ਅਤੇ ਵੇਚੀ ਸੀ ਉਸਦੀ ਖੱਲ ਉਤਾਰ ਕੇ ਮੁਸ਼ਕਲੀ। ਬਚਾਉਂਦੀ ਰਹਿੰਦੀ ਸੀ ਮੁਰਗੀਆਂ ਨੂੰ ਕਾਵਾਂ ਅਤੇ ਇੱਲਾਂ ਤੋਂ ਬਣਾ ਕੇ ਬੰਦੂਕ ਝਾੜੂ ਨੂੰ। ਜਦ ਵੇਖਦੀ ਕਿਸੇ ਮੁਸਾਫਰ ਦਾ ਇਰਾਦਾ ਭੈੜਾ, ਬਣਾਉਂਦੀ ਬਹਾਨਾ ਕਿ ਪਤੀ ਪਿਛਵਾੜੇ 'ਚ ਕੰਮ ਕਰਦਾ। ਇੱਕ ਵਾਰ ਪਿਆ ਇੱਕ ਚਲਾਕ ਮੁਸਾਫਰ ਨਾਲ ਪਾਲਾ, ਉਸ ਕਰ ਲਈ ਤਸੱਲੀ ਕਿ ਉਹ ਹੈ ਘਰ 'ਚ ਇਕੱਲੀ, ਸ਼ਰਾਬ ਮੰਗਵਾ ਲਈ ਅਤੇ ਖਾਣਾ ਬਣਵਾ ਲਿਆ ਜ਼ਬਰਦਸਤੀ। ਅਤੇ ਜਦ ਕਿਹਾ ਕਿ ਉਹ ਰਾਤ ਉਹਦੇ ਨਾਲ ਸੋਵੇਗਾ,
ਅਤੇ ਵਿਖਾਉਂਦਿਆਂ ਹੌਸਲਾ ਲੈ ਆਈ, ਇੱਕ ਹੱਥ ਵਿੱਚ ਡੰਡਾ ਦੂਜੇ 'ਚ ਕੁੱਤਾ। ਉਹ ਕਾਇਰ ਉਹ ਦੁਸ਼ਟ ਆਪਣੀ ਪੂਛਲ ਦਬਾ ਕੇ ਨੱਠਾ। ਕੁਝ ਰਾਤ ਸੀ ਬਾਕੀ, ਮੋਮਬੱਤੀ ਸੀ ਆਖਰੀ। ਰੋਸ਼ਨੀ ਕਰਨ ਲਈ ਕੱਢਣ ਲੱਗੀ ਲੱਕੜੀ ਢੇਰ ਤੋਂ, ਸਾਰਾ ਢੇਰ ਥੱਲੇ ਆ ਪਿਆ, ਅੰਦਰੋਂ ਸੀ ਖੋਖਲਾ। ਹੋ ਗਿਆ ਧੋਖਾ, ਨਿਕਲ ਗਿਆ ਰੋਣਾ, ਠੱਗ ਗਿਆ ਬੇਈਮਾਨ ਨਿਕਲਿਆ ਲੱਕੜਹਾਰਾ। ਕਿੰਜ ਨਿਕਲਣਗੀਆਂ ਸਰਦੀਆਂ, ਪੂੰਜੇ ਜਿਸ ਰੁਮਾਲ ਨਾਲ ਹੰਝੂ ਉਸ ਵਿੱਚ ਸਨ ਮੋਰੀਆਂ। ਚਾਣ ਚੱਕ ਤਣ ਗਿਆ ਕੁੱਤਾ, ਖਲੋ ਗਏ ਉਸਦੇ ਕੰਨ ਅਤੇ ਲੂਹਾਂ। ਉਸਨੇ ਘੁੱਟ ਕੇ ਫੜ ਲਿਆ ਡੰਡਾ, ਪੰਨ ਚੁੱਕੀ ਸੱਪ ਬਾਹਰ ਨਿਕਲਿਆ। ਉਹ ਮਾਰਨ ਨੂੰ ਪਈ ਸੱਪ ਮੁੜ ਚੱਲਿਆ, ਪਰ ਇੱਕ ਦੂਜੇ ਦਰਾੜ ਵਿੱਚੋਂ ਕੁੱਤਾ ਸੀ ਚੁੱਕਣਾ, ਖਿੱਚਿਆ ਪੂਛਲ ਵੱਲੋਂ, ਫੁਰਤੀ ਵਿਖਾਈ ਔਰਤ ਨੇ ਮਾਰਿਆ ਜ਼ੋਰ ਨਾਲ ਡੰਡਾ। ਕੁੱਤਾ ਖਿੱਚੀ ਜਾਂਦਾ ਸੀ ਬਾਹਰ, ਉਹ ਮਾਰੀ ਜਾਂਦੀ ਸੀ ਡੰਡਾ, ਯਾਨੀ ਥੋੜ੍ਹਾ ਥੋੜ੍ਹਾ ਕਰਕੇ ਮਾਰ ਸੁੱਟਿਆ ਸੱਪ ਸਾਰਾ। ਰੌਲੇ ਗੌਲੇ ਨਾਲ ਉੱਠ ਗਏ ਬੱਚੇ, ਜਾਗਦਾ ਰਿਹਾ ਵੱਡਾ, ਸੌ ਗਏ ਛੋਟੇ। ਉਹ ਵੱਡਾ ਮੁੰਡਾ ਸੀ ਕੋਈ 10 ਵਰਿਆਂ ਦਾ। ਵੇਖੀਆਂ ਮਾਂ ਦੀਆਂ ਅੱਖਾਂ ਹੰਝੂਆਂ ਭਰੀਆਂ, ਪਾ ਦਿੱਤੀਆਂ ਉਸਦੇ ਗਲ ਵਿੱਚ ਬਾਹਾਂ। ਬੋਲਿਆ, ਜਾਨ ਦੇ ਦਿਆਂਗਾ ਪਰ ਨਾ ਬਣਾਂਗਾ ਚਰਵਾਹਾ। ਚੁੰਮ ਲਿਆ ਮਾਂ ਨੇ, ਸੁੱਕੇ ਸੀਨੇ ਨਾਲ ਲਾ ਲਿਆ ਮਾਂ ਨੇ, ਅਤੇ ਇੰਜ ਬੈਠੇ ਰਹੇ ਦੋਵੇਂ। ਪੋ ਫੁਟਾਲੇ ਦੀ ਉਡੀਕ ਕਰਦੇ ਹੋਏ।